इस समय दी वड्डी खबर स्कूल फीस विवाद दे नाल जुड़ी हुई है। स्कूल फीस विवाद अजे भी हल नहीं होया है। अज हाई कोर्ट दे विच इस मामले दी सुनवाई हुई। मापे फीस ना देन दी गल कह रहे ने। ओथे जो गल करिए इस विवाद दे उत्ते हुण अगली सुनवाई सोमवार नूं होवेगी। स्कूल प्रबंधक फीस लैण ते अड़े हुए ने पर मापे फीस ना देन दी गल कह रहे ने। जिक्र योग है कि पंजाब सरकार दा पक्ष अतुल नंदा एजी पंजाब दे वल्लों रख्या गया। सरकार दा साफ कहना है कि जिन्हां स्कूलां ने ऑनलाइन पढ़ाई करवाई है ओह फीस वसूल सकदे ने। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੇਰੈਂਟ ਐਸੋਸੀਏਸ਼ਨ ਦੇ ਵੱਲੋਂ ਹੁਣ ਸੋਮਵਾਰ ਨੂੰ ਆਪਣਾ ਪੱਖ ਰੱਖਿਆ ਜਾਵੇਗਾ। ਮੰਗਲਵਾਰ ਨੂੰ ਰਿਟਰਨ ਦੇ ਵਿੱਚ ਸਾਰੇ ਬਿਆਨਾਂ ਦੀ ਸਬਮਿਸ਼ਨ ਹੋਵੇਗੀ। ਇਸ ਸਮੇਂ ਦੀ ਵੱਡੀ ਖਬਰ ਹੈ ਜੋ ਸਕੂਲ ਫੀਸ ਵਿਵਾਦ ਦੇ ਨਾਲ ਜੁੜੀ ਹੋਈ ਹੈ। ਦੱਸਣਯੋਗ ਹੈ ਕਿ ਅਜੇ ਵੀ ਇਹ ਵਿਵਾਦ ਹੱਲ ਨਹੀਂ ਹੋਇਆ ਹੈ। ਹਾਈਕੋਰਟ ਦੇ ਵਿੱਚ ਅੱਜ ਇਸ ਮਾਮਲੇ ਦੀ ਸੁਣਵਾਈ ਹੋਈ ਪਰ ਇਸ ਦਾ ਅਜੇ ਵੀ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਮਾਪੇ ਜਿੱਥੇ ਇੱਕ ਪਾਸੇ ਫੀਸ ਨਾ ਦੇਣ ਦੀ ਗੱਲ ਕਹਿ ਰਹੇ ਨੇ ਉੱਥੇ ਹੀ ਸਕੂਲ ਪ੍ਰਬੰਧਕ ਫੀਸ ਲੈਣ ਤੇ ਅੜੇ ਹੋਏ ਨੇ। ਲੋਕਡਾਊਨ ਦੇ ਚਲਦੇ ਹਰ ਇੱਕ ਵਰਗ ਪ੍ਰਭਾਵਿਤ ਹੋਇਆ ਹੈ। ਮਾਪਿਆਂ ਦਾ ਇੱਕੋ ਇੱਕ ਸਵਾਲ ਹੈ ਕਿ ਜੇਕਰ ਲੋਕਡਾਊਨ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਨਹੀਂ ਹੋਈ ਤੇ ਉਹ ਫੀਸ ਕਿਉਂ ਦੇਣ। ਉੱਥੇ ਹੁਣ ਇਸ ਮਾਮਲੇ ਦੇ ਉੱਤੇ ਸੋਮਵਾਰ ਨੂੰ ਅਗਲੀ ਸੁਣਵਾਈ ਹੋਵੇਗੀ। ਪੇਰੈਂਟ ਐਸੋਸੀਏਸ਼ਨ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ। ਮਾਪਿਆਂ ਦੀਆਂ ਜੋ ਮੁਸ਼ਕਲਾਂ ਨੇ ਉਹ ਸਾਹਮਣੇ ਰੱਖੀਆਂ ਜਾਣਗੀਆਂ। ਮੀਡੀਆ ਡੈਸਕ ਦਾ ਟੀਵੀ ਐਨ ਆਰ ਰਾਏ।